ਮੌਤ ਦਾ ਜ਼ਾਇਕਾ ਚੱਖਣਾ ਹੈ ਔਰ ਮੌਤ ਦੀ ਤਲਖੀ ਦੇ ਬਾਰੇ ਰਿਵਾਇਤ ਵਿੱਚ ਮਿਲਦਾ ਹੈ ਜਿਵੇਂ ਮਲ ਮਲ ਦਾ ਬਾਰੀਕ ਕੱਪੜਾ ਕਿਸੇ ਬੇਰੀ ਦੇ ਖਾਰਦਾਰ ਦਰਖਤ 'ਤੇ ਸੱਟ ਕੇ ਅਤੇ ਦਰੀਕਿਆ ਜਾਵੇ ਜੰਗਲ ਤਵੱਜੋ ਕਰਿਆ ਜਿਵੇਂ ਮਲ ਮਲ ਦਾ ਬਾਰੀਕ ਕੱਪੜਾ ਬੇਰੀ ਦੇ ਖਾਰਦਾਰ ਦਰਖਤ 'ਤੇ ਸੱਟ ਕੇ ਛਿੱਕਿਆ ਵੰਜੇ ਜਿਹੜੀ ਉਹਦੀ ਕੈਫੀਅਤ ਹੁੰਦੀ ਹੈ ਮੌਤ ਦੇ ਵੇਲੇ ਬੰਦੇ ਦੇ ਨਾਲ ਇਹ ਕੈਫੀਅਤ ਬਣਦੀ ਹੈ ਮੈਂ ਬੜਾ ਪਰੇਸ਼ਾਨ ਹੋਇਆ ਕਿ ਮੌਤ ਤਾਂ ਆਉਣੀ ਆਉਣੀ ਹੈ ਵਤ ਕਾਇਨਾਤ ਦੇ ਅਮੀਰ ਅਮੀਰ ਉਲ ਮੋਮਿਨੀਨ ਦਾ ਫਰਮਾਨ ਸੁਣਿਆ ਔਰ ਪੜ੍ਹਿਆ ਕਾਇਨਾਤ ਦੇ ਅਮੀਰ ਫਰਮਾਉਂਦੇ ਨੇ ਕਿ ਹਾਰਿਸ ਹਮਦਾਨ ਮੈਂ ਹਰ ਮਰਨ ਵਾਲੇ ਦੇ ਕਰੀਬ ਜਾਣਾ ਮੌਤ ਦੇ ਵੇਲੇ ਹਰ ਮਰਨ ਵਾਲੇ ਦੇ ਕੋਲ ਜਾਣਾ ਜਦੋਂ ਮੌਲਾ ਦਾ ਫਰਮਾਨ ਮੇਰੇ ਸਾਹਮਣੇ ਆਇਆ ਤਾਂ ਵਤ ਮੇਰਾ ਦਿਲ ਕੁਝ ਤਰਕੜਾ ਹੋਇਆ ਕੁਝ ਆਸ ਅਤੇ ਉਮੀਦ ਬਚ ਗਈ ਤਾਂ ਮੈਂ ਪੂਰੀ ਤਸ਼ੀਓ ਦਾ ਵਕੀਲ ਬਣ ਕੇ ਇੱਕ ਆਸ ਉਮੀਦ ਦਾ ਡੀਵਾ ਬਾਲਿਆ ਹੈ ਅਗਰ ਤੁਹਾਡੇ ਜ਼ਿਹਨਾਂ ਦੇ ਕਰੀਬ ਤਾਂ ਰੁਬਾਈ ਟੱਚ ਕਰੇ ਤਾਂ ਵਤ ਮੇਰੇ ਨਾਲ ਬੋਲਣਾ ਜ਼ਰੂਰ ਹੈ ਲੇਕਿਨ ਉਹਦੇ ਵਾਸਤੇ ਮੇਯਾਰ ਹੈ ਕਿ 14 ਦੇ ਨਾਲ ਮਵੱਦਤ ਦਾ ਢੰਗ ਜਦਣ ਸਹੀ ਆ ਵੰਜਣਾ ਹੈ ਗੁੰਗੇ ਬੰਦੇ ਦਾ ਜ਼ਾਮਿਨ ਮੈਂ ਨੇ ਜਿਹੜੀ ਜ਼ਬਾਨ ਤੇ ਮੌਲਾ ਅਲੀ ਦੀ ਮੋਹਰ ਲੱਗੀ ਹੋਈ ਮੇਰੇ ਨਾਲ ਮਿਜ਼ਾਜ ਮਿਲਾਉਣਾ ਹੈ ਮੌਤ ਦੀ ਤਲਖੀ ਔਰ ਮੌਤ ਦੀ ਸਖਤੀ ਨੂੰ ਜ਼ਿਹਨ 'ਚ ਰੱਖਣਾ ਹੈ ਔਰ ਮੌਲਾ ਦਾ ਆਮਣਾ ਜ਼ਿਹਨ ਦੇ ਵਿੱਚ ਹੋਵੇ ਕਿ 14 ਦੇ ਨਾਲ ਮਵੱਦਤ ਦਾ ਢੰਗ ਜਦਣ ਸਹੀ ਆ ਵੰਜਣਾ ਹੈ ਵਤ ਜ਼ਿਹਨ ਦੀ ਦਿਲਕਸ਼ ਵਾਦੀ ਵਿੱਚ ਹਰ ਸੋਚ ਭਲੀ ਆ ਵੰਜਣਾ ਹੈ ਜਗ੍ਹਾ ਜਗ੍ਹਾ ਮੇਰੇ ਨਾਲ 14 ਦੇ ਨਾਲ ਮਵੱਦਤ ਦਾ ਢੰਗ ਜਦਣ ਸਹੀ ਆ ਵੰਜਣਾ ਹੈ ਵਤ ਜ਼ਿਹਨ ਦੀ ਦਿਲਕਸ਼ ਵਾਦੀ ਵਿੱਚ ਹਰ ਸੋਚ ਭਲੀ ਆ ਵੰਜਣਾ ਹੈ ਔਰ ਸਾਡੇ ਮਰਨ ਦੇ ਵੇਲੇ ਜਦਣ ਸਿਰਾਂ ਦੀ ਜਿਹੜੇ ਜਿਹੜੇ ਚਾਹੁੰਦੇ ਹੋ ਸਾਡੇ ਮਰਨ ਦੇ ਵੇਲੇ ਜਦਣ ਸਿਰਾਂ ਦੀ ਖੁਦ ਆਪ ਵਲੀ ਆ ਵੰਜਣਾ ਹੈ ਉਹ ਉਸ ਮੌਤ ਵਿੱਚ ਤਲਖੀ ਕੇ ਹੀ ਰਾਣੀ ਹੈ ਜਿੱਥੇ ਪੀਰ ਅਲੀ ਆ ਵਜ ਕਾਰੀਓ ਕਸਾਇਦ ਜ਼ਾਕਿਰ ਸ਼ੀਰੀ ਬਾਇਆ ਜਨਾਬ ਸੈਯਦ ਜ਼ੁਰੀਅਤ ਇਮਰਾਨ ਸ਼ਾਹ ਸਰ ਥੋੜ੍ਹਾ ਜਿਹਾ ਸੀ ਸਪੀਕਰ ਮੇਰੇ ਹੱਲ ਕਰੀ ਥੋੜ੍ਹਾ ਜਿਹਾ ਐ ਲੈ ਥੋੜ੍ਹਾ ਜਿਹਾ ਆਹ ਦੁਆਏ ਦੋ ਗਏ ਮਾਮੇ ਸਮਾਨ ਬਹੁਤ ਜ਼ਿਆਦਾ ਨਹੀਂ ਬਈ ਥੋੜ੍ਹਾ ਜਿਹਾ ਫਰਕ ਬਸ ਬਸ ਠੀਕ ਹੈ ਅਲਾਮਾ ਖੁੱਲੇ ਵਾਲੀ ਇਹ ਕੱਲ੍ਹ ਜਤਨ ਲਸਨ ਸਰਵਾਤ ਯਾਰਬ ਮੁਹੰਮਦ ਮਾਲ ਮੁਹੰਮਦ ਵਾ ਅਦਿਲ ਫਰਜ ਅਲ ਮੁਹੰਮਦ ਅਲਹਮਾ ਸਲ ਅਲਾ ਮੁਹੰਮਦ ਮਾਲ ਮੁਹੰਮਦ ਸਲਵਾਤ ਪੜੋ ਆਲ ਮੁਹੰਮਦ ਤੇ ਸਾਰੇ ਸਾਹਿਬ ਅੱਲਾਹੁ ਅਕਬਰ ਯਾ ਅੱਲਾਹ ਐਸੀ ਸਲਵਾਤ ਪੜੋ ਜੋ ਖਾਲਿਕ ਕਾਇਨਾਤ ਰਾਜ਼ੀ ਹੋਵੇ ਆਲੇ ਮੁਹੰਮਦ ਤੁਹਾਡੀਆਂ ਡਿਊਟੀਆਂ ਕਬੂਲ ਮਨਜ਼ੂਰ ਹਨ ਮੌਲੇ ਸਤਾਨਦਾਨ ਨੂੰ ਆਬਾਦ ਉਸ਼ਾਦ ਰੱਖੇ ਜਿਤਨੇ ਜਨਮ ਮਾਰ ਜਿਤਨੇ ਕਦਮ ਤੁਰ ਕੇ ਆਇਓ ਮਾਂ ਹੁਸੈਨ ਦੀ ਤੁਹਾਡੇ ਇੱਕ ਕਦਮ ਦਰਬਾਰ ਆਲੀ ਵਿੱਚ ਕਬੂਲ ਮਨਜ਼ੂਰ ਹਨ ਇਜਾਜ਼ਤ ਹੈ ਜਨਾਬ ਜੰਗ ਵਾਲੋਂ ਇਮਾਮ ਹੁਸੈਨ ਅਲੈਹਿ ਸਲਾਮ ਦਾ ਪਾਕ ਜ਼ਿਕਰ ਸ਼ੁਰੂ ਕਰ ਬਾਨੀਆਂ ਹੈ ਅਤੇ ਬਾਣੀ ਦੀ ਅਸ਼ੀਅਤ ਨਾਲ ਹੀ ਆਇਆ ਸਾਰੇ ਜ਼ਾਕਿਰੀ ਬਾਣੀਆਂ ਜ਼ਾਕਿਰ ਉਹ ਹੁੰਦਾ ਜਿਹੜਾ ਵਕਤ ਸ਼ਨਾਸ ਹੋ ਮੇਰੇ ਦਿਲ ਚਾਹੁੰਦਾ ਬਾਈ ਥੋੜ੍ਹੇ ਜਿਹੇ ਟਾਈਮ ਵਿੱਚ ਸੁਣ ਜੀ ਬੇਣ ਬਿਰਾਵਾਂ ਦੀ ਡਿਊਟੀ ਦੇ ਰਹੀ
بلند صلوات والعاقبت للمتقين والجنة للمأوى اهدنا الصلوات والسلام على سيد الأنبياء والمرسلين شفيع المذنبين أبي الكوثر محمد صلوات إن نہ کرو بھائی سارے صلوات پڑھو کرما لو تسیں صلوات ولا وسيه ووزيره وخليفه وابن عمي ورسته علمي علم الأولين والله خيرين يا صب الدين قائد ور المجلين صديق أكبر فاروق نادم أمير ال مومنی چلت دیئے صلوات ہوئے ملک دے بے تاج بادشاہ امام حسین علیہ السلام ذاکر پڑھ گئے ہیں سارے ہی میں تو کرونا ہاں درجے بہتر پڑھنا لے میں ایک ذاکرہ دا ایک ادنا جا نوکر اپنے آپ نو ذاکر ہی کری نہیں سکتا ہے ہوں جی میں آکھو بھائی اگر تہاڈا پروگرام ہوئے تو میرے دل چاہندا ہے ایک نعت چا سنا وا ایکو بھائی تھوڑی جی کام کر چھوڑی ولیاں نوال بہاراں وقت کس ویلے سنا دے سن تے تسا ناراض نہیں ہونا چلو سنا دوں سنا میرا اپنا گھر ہے بزرگن میں انجے احترام کریندا جتنا اپنے پیو دا کریندا اور جی میں پیر درغام شاہ اور میرے نال محبت کیتی ہے خدا گواہ ہے زندگی تو پتہ ہے میں خوش آمد کڑا کہندی نہیں کی پتر تو بعد کے من پیار کی مولا پنجن پاک میرے بھران دی زندگی دراز فرمائے باویران دی خضر دی زندگی ہو بزرگاں دے مولا درجات بنا فرمائے لٹیاں گئیاں دیاں ری دی شریف آئین غریبان دی داستان سیدان تو علی مہمان ہاتھ بدی کھڑا نیر حسین خیال میرے پاس حدید میرے پاس سے آپ جانے تھے علی دی لٹی دی جانے آپ جانے پہ وہ مستور جانے جڑی چھتری بازارت ہو کے مگری تو آیا نبر بارا بارا اجلے چمن واہ بھائی واہ
ਸਹੀ ਕਰੀ ਪਾਈ ਅਸੀਂ। ਮੈਂ ਦਿਨੇ ਕੁਰਬਾਨ ਕਰਾਂ, ਕੱਲ ਦੀ ਮੇਲੇ ਸ਼ੁਰੂ ਹੋ, ਸਾਰੀ ਰਾਤ ਡਿਊਟੀ ਦਿੱਤੀਆਂ ਨੇ, ਸਾਰਾ ਦਿਨ ਸੁਣਦੇ ਰਹੋ। ਤੁਸਾਂ ਤਾਂ ਤੁਰ ਵੈਸ ਜੰਗ ਵਾਲੇ ਹੋ, ਮਾਂ ਦੀਆਂ ਇੱਥਾਂ ਹੀ ਬਹਿ ਕੇ ਬਹਿ ਕੇ ਗੱਲ ਬਣ ਚ ਪੈਸੇ ਆਦਿ ਨਹੀਂ ਹੈ ਵੀ ਮਦੀਨੇ ਵਾਲੀ ਸੈਨਾਬਾ ਦੇ ਕਮੀਨੇ ਲੋਕ ਨਹੀਂ ਹੈ ਭੈਣ ਪਰ ਦਾਦਾ ਨਹੀਂ ਹੈ ਬੇ ਮਦਮਾ ਦਾ ਮਹਿਮਾਨ ਭੈਣ ਕਰ ਕਰੋ ਨਾ ਕਰੋ ਬੀਬੀ ਲਾ ਦੇ ਉਸਾਇਆ ਮੈਂ ਗਾਦੀ ਦੀ ਭੈਣਾ ਵਾਹ ਭਾਈ ਵਾਹ ਕਰਾਂ ਮੈਂ ਨੌ ਕਰਾਂ ਕੋਈ ਬਾਲ ਨਹੀਂ ਆਦਿ ਰਹੀ ਹੈ ਵੀ ਬਦਮਾਸ਼ ਲੋਗੇ ਬੀਬੀ ਆਦੀ ਹੈ ਪਰਾਈ ਨਗਰੀ ਨਹੀਂ ਦੁਸ਼ਮਣ ਦਾ ਮਾਲ ਹੈ ਆਦਿ ਰਹੀ ਹੈ ਜਿਹੜੇ ਵੇਲੇ ਦਾ ਲੱਥਾਂ ਹੈ ਪੜ ਨਮਾਜ਼ ਭੇਣ ਕੱਲੀ ਰਹਿ ਗਈ ਹੈ ਆਦੀ ਰਹੀ ਨੇ ਕਿਹਨੂੰ ਸਡਾਵੇ ਮੇਰੇ ਛੁੜਾਵਾਂ ਨਾਲੇ ਤੁਰ ਗਏ ਆਦੀ ਰਹੀ ਨੇ ਅਕਬਰ ਦਾ ਬਾਬਾ ਮੇਰੀ ਨਸਾਲੀ ਮੁੱਕ ਗਈ ਹੈ ਮਾਤਮ ਕੀਤਾ ਕਰ ਮਾਤਮ ਕੀਤਾ ਕਰ ਜਿਵੇਂ ਅਲੀ ਦੀ ਜਿਹੜੀਆਂ ਚੱਲਦੀ ਦੇਰ ਲੱਗੀ ਆਵਾਜ਼ ਆਉਂਦੀ ਵੀਰ ਮੈਂ ਉਹ ਜ਼ੈਨਬਾ ਬਾਬਾ ਸੈਯਦਨਾ ਆਜ਼ਾਦਾਰਨ ਬੰਦ ਸੁਣਾਉਣਾ ਚਾਹੁੰਦਾ ਪੜਦਾ ਪਿਆ ਬੁੱਝੀ ਆਗੂ ਬਲਦੀ ਬਾ ਦਿਆਨ ਦੀ ਮਾਂ ਪਉ ਸਾਡ ਅੱਬਾਸ ਨੂੰ ਅੱਬਾਸ ਨੂੰ ਮਾਰ ਕਿਆ ਬਾਤ ਯਾਰ ਤੁਹਾਡੀ ਨੌਕਰ ਤਾਬੇਦਾਰ ਸ਼ੌਕਤ ਸਾਹਿਬ ਪੀਰ ਨਾਮ ਸ਼ਾਹ ਜੀ ਮੈਂ ਹੋਰ ਸੁਣਾਉਣ ਲੱਗਾ ਤੁਹਾਡੇ ਪੁੱਤਰ ਲਿਆਕਤ ਦੀ ਮੇਲੇ ਤੇ ਮੈਂ ਇਹ ਬੰਦ ਪੜਿਆ ਉਸ ਆਪ ਵਿੱਚ ਮੌਜੂਦ ਆਓ ਅਗਲੀ ਸੱਤਰ ਮੈਂ ਨਹੀਂ ਪੜ ਸਕਿਆ ਜੰਗ ਵਾਲੇ ਰੋ ਨਾ ਰੋ ਤੁਹਾਡੀ ਆਪਣੀ ਮਰਜ਼ੀ ਮਗਰ ਮੇਰੀ ਗੱਲ ਦਾ ਜਵਾਬ ਦਿਓ ਕਿਤਨੇ ਫਿਰਾ ਬੋਲੋ ਅਠਾਰਾਂ ਔਖਾ ਵੇਲਾ ਆਈ ਨਾ ਸਾਨੂੰ ਸੜਿਆਸ ਨਾ ਅਨਫੀਆ ਨੂੰ ਸੜਿਆਸ ਨਾ ਹੁਸੈਨ ਨੂੰ ਸੜਿਆਸ ਵਿੱਚ ਬਲਦੀ ਬਾ ਦਿਆਨ ਦੀ ਮਾਂ ਪਉ ਸਾਡ ਅੱਬਾਸ ਬੀਬੀਆ ਦੀ ਤੈਨੂੰ ਪੁੱਤਰਾ ਵਾਂਗ ਉਹ ਪਲੇ ਦੀ ਰਹੀਆਂ ਲਾ ਭੇਣ ਦੇ ਵੀਰ ਉਧਾਰੇ ਮੈਨੂੰ ਧੀ ਮਾਤਮ ਕਰ ਉਹ ਮੈਨੂੰ ਧੀ ਸ਼ਬੀਰ ਦੀ ਨਹੀਂ ਲੱਭਦੀ ਪਰੇਸ਼ਾਨ ਪਰਦਾ ਅੱਜ ਮਰਦੇ ਹੋ ਤਾਂ ਮਰੋ ਮੇਰੀਆਂ ਮਾਵਾਂ ਭੈਣਾਂ ਮੈਂ ਸੈਯਦਾ ਹਾਂ ਤੁਹਾਡਾ ਪੁੱਤਰ ਬੀਬੀਆਂ ਦੀਆਂ ਤੈਨੂੰ ਪੁੱਤਰ ਲਾ ਭੇਣ ਦੇ ਵੀਰ ਉਧਾਰੇ
ਮੈਨੂੰ ਧੀ ਮਾਤਮ ਕਰ ਮਾਤਮ ਜਿਹੜੇ ਜਵਾਨ ਬੈਠੇ ਹੋ ਬਾਬਾ ਜੀ ਨਾ ਮਰ ਮੈਂ ਸੱਚ ਹੋਇਆ ਹੈ ਅਗਰ ਦਿਲ ਬਣ ਗਿਆ ਜ਼ਿੰਦਗੀ ਦਾ ਪਤਾ ਕੋਈ ਨੀ ਨਾ ਲਾਇਨ ਮੈਂ ਵੈਣ ਕਰ ਛੋੜਾ ਆਦਨ ਸ਼ੀਅਰ ਉਹਨੇ ਅਜਾ ਫਿਰਾ ਦੇ ਯਤੀਮ ਗੁਲੇਂ ਦੀ ਵਧੀ ਆਈ ਫਿਰਾ ਦਾ ਕਾਤਲ ਹੈ ਜਿਹੜਾ ਨੇੜਾ ਲੈ ਕੇ ਖੈਮੇ ਚ ਦਾਖਲ ਹੋਇਆ ਹੈ ਹਰਾਮ ਦੇ ਆਦੇ ਬੇਦਬੀ ਦੇ ਨਾਲ ਬੁਰਕਾ ਲਹਾਇਆ ਹੈ ਬੁਰਕਾ ਨੇੜੇ ਤੱਕੀ ਹੈ ਖੂਨ ਦੇ ਕਤਰੇ ਜ਼ਮੀਨ ਤੇ ਡੱਠੇ ਕਦਾ ਨਾ ਉੱਚਾ ਬੋਲਣ ਵਾਲੇ ਖਾਨਦਾਨ ਦੀ ਧੀ ਰੋ ਰੋ ਕੱਦ ਖੜੀਏ ਜੇ ਲੁੱਟ ਲਈਏ ਚਾਦਰ ਮੈਨੂੰ ਕਤਲ ਚਾ ਕਰ ਫਰਮਾਇਆ ਜਾਈ ਜ਼ਹਰਾ ਮੈਂ ਗੈਰਤ ਹਾਂ ਅੱਛਾ ਅਗਲਾ ਮੈਂ ਕਰ ਛੋੜਾ ਜਿਹੜੇ ਧੀਆਂ ਦੇ ਬੈਠੇ ਹੋ ਅੱਜ ਦੱਸਣਾ ਚਾਹੁੰਦਾ ਮੇਰਾ ਪਹਿਲਾ ਸਵਾਲ ਹੈ ਰੋ ਰੋ ਕਦੀਏ ਮੇਰੇ ਪਿਓ ਦਾ ਕਾਤਲ ਮੇਰੇ ਗੁਰਲਾ ਦੇ ਚਾਦਰ ਆਉਣ ਦੀ ਮੈਂ ਤੂੰ ਕਸਮ ਚਵਾ ਗਿਨ ਬੇਨ ਬੁਰਕੇ ਦੇ ਉਹ ਤੁਰਨ ਦੀ ਦਾ ਨਹੀਂ ਆਂਦੀ ਰੋਕਿਆ ਦੀ ਜਿਵੇਂ ਮਛਲੀ ਤੜਫੇ ਬੇਨ ਪਾਣੀ